ਸੋ ਪੰਜਾਬ ਦੇ ਵਿੱਚ ਰੋਜ਼ਾਨਾ ਐਨਕਾਊਂਟਰ ਹੋ ਰਹੇ ਨੇ। ਪੁਲਿਸ ਜਿਹੜੀ ਹੈ ਪੂਰੀ ਮੁਸਤੈਦੀ ਦੇ ਨਾਲ ਗੈਂਗਸਟਰਾਂ ਨੂੰ ਨਕੇਲ ਪਾਉਣ ਦੇ ਵਿੱਚ ਕਾਮਯਾਬ ਹੁੰਦੀ ਹੋਈ ਵਿਖਾਈ ਦੇ ਰਹੀ ਹੈ। ਤਾਜ਼ਾ ਐਨਕਾਊਂਟਰ ਜਲੰਧਰ ਛਾਉਣੀ ਦੇ ਵਿੱਚ ਹੋਇਆ। ਸਤਿ ਸ਼੍ਰੀ ਅਕਾਲ ਜੀ, D5 ਚੈਨਲ ਪੰਜਾਬੀ ਵੇਖ ਰਹੇ ਹੋ ਤੁਸੀਂ ਅਤੇ ਮੈਂ ਤੁਹਾਡੇ ਨਾਲ ਸਿਮਰਨਜੀਤ ਕੌਰ ਗਿੱਲ। ਸੋ ਜਲੰਧਰ ਛਾਉਣੀ ਅੱਜ ਇੱਕ ਵਾਰ ਫਿਰ ਤੋਂ ਕਿਸੇ ਫਿਲਮੀ ਸੀਨ ਤੋਂ ਘੱਟ ਨਜ਼ਰ ਨਹੀਂ ਆ ਰਹੀ ਸੀ, ਕਿਉਂਕਿ ਬੜੇ ਹੀ ਨਾਟਕੀ ਤਰੀਕੇ ਦੇ ਨਾਲ ਜਲੰਧਰ ਦੀ ਪੁਲਿਸ ਨੇ, ਸਪੈਸ਼ਲ ਸੈੱਲ ਨੇ ਦੋ ਬਦਮਾਸ਼ਾਂ ਦਾ ਪਿੱਛਾ ਕੀਤਾ ਅਤੇ ਫਿਰ ਉਸ ਤੋਂ ਬਾਅਦ ਉਹਨਾਂ ਨੂੰ ਜਦੋਂ ਗ੍ਰਿਫਤਾਰ ਕਰਨ ਲੱਗੇ ਤਾਂ ਫਿਰ ਪੁਲਿਸ ਅਤੇ ਉਹਨਾਂ ਬਦਮਾਸ਼ਾਂ ਦੇ ਵਿਚਾਲੇ ਮੁੱਠਭੇੜ ਹੋ ਗਈ। ਉਹਨਾਂ ਦੇ ਵੱਲੋਂ ਪੁਲਿਸ ਦੇ ਉੱਤੇ ਫਾਇਰਿੰਗ ਕੀਤੀ ਗਈ, ਪੁਲਿਸ ਨੇ ਵੀ ਕ੍ਰੋਸ ਫਾਇਰਿੰਗ ਕੀਤੀ, ਐਨਕਾਊਂਟਰ ਹੋਇਆ ਅਤੇ ਇਹ ਐਨਕਾਊਂਟਰ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਦੀ ਨਿਗਰਾਨੀ ਦੇ ਹੇਠ ਹੋਇਆ, ਜਿਸ ਤੋਂ ਬਾਅਦ ਉਕਤ ਬਦਮਾਸ਼ਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਸੋ ਦੋ ਬਦਮਾਸ਼ ਸੀ ਜੋ ਇਸ ਪੁਲਿਸ ਐਨਕਾਊਂਟਰ ਦੇ ਦੌਰਾਨ ਜ਼ਖਮੀ ਹੋ ਗਏ ਨੇ ਅਤੇ ਦੂਜੇ ਪਾਸੇ ਇਹ ਵੀ ਜਾਣਕਾਰੀ ਮਿਲੀ ਹੈ ਕਿ ਇਹਨਾਂ ਬਦਮਾਸ਼ਾਂ ਦਾ ਸੰਬੰਧ ਸਿੱਧਾ ਸਿੱਧਾ ਲਾਰੈਂਸ ਬਿਸ਼ਨੋਈ ਦੇ ਨਾਲ ਸੀ। ਲਾਰੈਂਸ ਬਿਸ਼ਨੋਈ ਗੈਂਗ ਦੇ ਨਾਲ ਜੁੜੇ ਹੋਏ ਲੋਕ ਸੀਗੇ ਇਹ, ਜਿਨ੍ਹਾਂ ਦਾ ਐਨਕਾਊਂਟਰ ਜਿਹੜਾ ਉਹ ਕੀਤਾ ਗਿਆ। ਸੋ 16 ਦੇ ਕਰੀਬ ਮਾਮਲੇ ਇਹਨਾਂ ਦੇ ਉੱਤੇ ਦਰਜ ਸੀ। ਜਦੋਂ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਇਹਨਾਂ ਦੇ ਕੋਲੋਂ ਕੁਝ ਹਥਿਆਰ ਵੀ ਪੁਲਿਸ ਨੇ ਬਰਾਮਦ ਕੀਤੇ ਨੇ, ਔਰ ਵੱਡਾ ਚਿੰਤਾ ਦਾ ਵਿਸ਼ਾ ਇਹ ਹੈ ਕਿ ਲਗਾਤਾਰ ਭਾਵੇਂ ਲਾਰੈਂਸ ਬਿਸ਼ਨੋਈ ਹੋਵੇ, ਭਾਵੇਂ ਲਖਬੀਰ ਲੰਡਾ ਹੋਵੇ, ਭਾਵੇਂ ਅਰਸ਼ ਡੱਲਾ ਹੋਵੇ ਅਤੇ ਭਾਵੇਂ ਗੋਲਡੀ ਬਰਾੜ ਹੋਵੇ, ਜੱਗੂ ਭਗਵਾਨਪੁਰੀਆ ਹੋਵੇ, ਸੋ ਜਿੰਨੇ ਵੀ ਗੈਂਗਸਟਰ ਜਾਂ ਗੈਂਗ ਐਕਟਿਵ ਪੰਜਾਬ ਦੇ ਵਿੱਚ ਦੱਸੇ ਜਾਂਦੇ ਨੇ ਜਾਂ ਫਿਰ ਫਰੌਤੀ ਅਤੇ ਕਤਲੇਆਮ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਨੇ, ਉਹਨਾਂ ਦੇ ਨਾਲ ਜੁੜੇ ਹੋਏ ਮੈਂਬਰਾਂ ਦੇ ਉੱਤੇ ਕਾਰਵਾਈਆਂ ਜ਼ਰੂਰ ਹੋ ਰਹੀਆਂ ਨੇ, ਕਿਉਂਕਿ ਜੇਲ੍ਹਾਂ ਦੇ ਵਿੱਚ ਰਹਿ ਕੇ ਆਪਣਾ ਜਿੱਦਾਂ ਨੈਕਸਸ ਚਲਾ ਰਹੇ ਨੇ, ਸੋ ਉਸ ਨੈਕਸਸ ਨੂੰ ਤੋੜਨ ਦੀ ਪੰਜਾਬ ਪੁਲਿਸ ਕੋਸ਼ਿਸ਼ ਕਰਦੀ ਹੈ। ਤਾਂ ਜਲੰਧਰ ਛਾਉਣੀ ਦੇ ਵਿੱਚ ਜਿਸ ਤਰੀਕੇ ਦੇ ਨਾਲ ਤਾਬੜ ਤੋੜ ਫਾਇਰਿੰਗ ਹੋਈ ਹੈ ਔਰ ਪੁਲਿਸ ਨੇ ਇਨਕਾਊਂਟਰ ਕੀਤਾ, ਸੋ ਦੋ ਬਦਮਾਸ਼ ਹੋਰ ਲਾਰੈਂਸ ਬਿਸ਼ਨੋਈ ਗੈਂਗ ਦੇ ਅਜਿਹੇ ਸੀ ਜਿਨ੍ਹਾਂ ਨੂੰ ਆਪਣੀ ਗ੍ਰਿਫਤ ਦੇ ਵਿੱਚ ਪੁਲਿਸ ਨੇ ਲੈ ਲਿਆ ਔਰ ਉਹ ਐਨਕਾਊਂਟਰ ਦੇ ਦੌਰਾਨ ਜ਼ਖਮੀ ਵੀ ਹੋਏ। ਤਾਜ਼ਾ ਜਾਣਕਾਰੀ ਜਿਹੜੀ ਸਾਡੇ ਕੋਲ ਆਈ ਹੈ ਕਿ ਸਿਟੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਇਹ ਕਾਰਵਾਈ ਕੀਤੀ ਹੈ ਔਰ ਹਥਿਆਰ ਇਹਨਾਂ ਤੋਂ ਬਰਾਮਦ ਕੀਤੇ ਗਏ ਨੇ। ਐਨਕਾਊਂਟਰ ਵਾਲੀ ਥਾਂ ਦੇ ਉੱਤੇ ਪੁਲਿਸ ਕਮਿਸ਼ਨਰ ਖੁਦ ਪਹੁੰਚੇ ਔਰ ਇਹ ਵੀ ਕਿਤੋਂ ਜਾਣਕਾਰੀ ਸੂਤਰਾਂ ਤੋਂ ਮਿਲੀ ਹੈ ਕਿ ਕਿਸੇ ਬਰਾਮਦਗੀ ਨੂੰ ਲੈ ਕੇ ਇਹ ਗਏ ਸੀ ਪੁਲਿਸ ਦੇ ਨਾਲ, ਜਿੱਥੇ ਉਹਨਾਂ ਨੇ ਪੁਲਿਸ ਦੇ ਨਾਲ ਅਜਿਹੀ ਮੁੱਠਭੇੜ ਕਰਨ ਦੀ ਕੋਸ਼ਿਸ਼ ਕੀਤੀ ਅਤੇ ਫਿਰ ਉੱਥੇ ਸੀਨ ਐਨਕਾਊਂਟਰ ਵਾਲਾ ਬਣ ਗਿਆ। ਸੋ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੇ ਇਸ ਪੂਰੀ ਘਟਨਾ ਦੀ ਜਾਣਕਾਰੀ ਦਿੱਤੀ ਹੈ, ਉਦੋਂ ਬਦਮਾਸ਼ ਕੌਣ ਸੀ, ਉਹਨਾਂ ਦੇ ਉੱਤੇ ਕਿੰਨੇ ਮਾਮਲੇ ਦਰਜ ਨੇ, ਉਹਨਾਂ ਕੋਲੋਂ ਕਿਹੜੇ ਕਿਹੜੇ ਹਥਿਆਰ ਜਿਹੜੇ ਨੇ ਉਹ ਬਰਾਮਦ ਕੀਤੇ ਗਏ ਨੇ, ਉਹਨਾਂ ਸਾਰਿਆਂ ਦੀ ਜਾਣਕਾਰੀ ਦਿੰਦਿਆਂ ਹੋਇਆਂ ਕੀ ਕਿਹਾ ਆਓ ਸੁਣਦੇ ਹਾਂ। ਇਹ ਦੋ ਬਿਸ਼ਨੋਈ ਦੇ LB ਗੈਂਗ ਦੇ ਨਾਲ ਦੇ ਬੰਦੇ ਸੀਗੇ, ਬਿੰਨੀ ਗੁੱਜਰ ਦੇ ਵੀ ਇਨ ਟੱਚ ਸੀਗੇ, ਕਾਫੀ ਟਾਈਮ ਜੇਲ੍ਹ 'ਚ ਰਹੇ, 16 ਪਰਚੇ ਇਹਨਾਂ 'ਤੇ ਦਰਜ ਹੈ, ਡਬਲ ਮਰਡਰ ਵੀ ਹੈ, ਅਟੈਂਪਟ ਟੂ ਮਰਡਰ, ਐਕਸਟੋਰਸ਼ਨ, ਅਤੇ 2-3 ਸਾਲ ਤੋਂ ਬਿਸ਼ਨੋਈ ਦੇ ਮੈਂਬਰਸ ਨਾਲ, ਬਿਸ਼ਨੋਈ ਨਾਲ ਸੰਪਰਕ ਕਰਕੇ ਐਕਸਟੋਰਸ਼ਨ ਕਰਦੇ ਸੀਗੇ ਅਤੇ ਇਨਫੋਰਮੇਸ਼ਨ ਸੀਗੀ ਸਾਡੇ ਕੋਲ ਅਤੇ ਪੁਲਿਸ 'ਤੇ ਫਾਇਰਿੰਗ ਕੀਤੀ ਇਹਨਾਂ ਨੇ। ਸਰ ਇੱਥੇ ਕੀ ਕਰ ਰਹੇ ਸੀ ਵੈਸੇ ਇਹ ਲੋਕ? ਇੱਥੇ ਇਹਨਾਂ ਨੇ ਵੈਪਨ ਛੁਪਾਏ ਹੋਏ ਸੀ, ਵੈਪਨ ਛੁਪਾਏ, ਸੋਫਿਸਟੀਕੇਟਡ ਵੈਪਨਸ ਹੈ। 3 ਵੈਪਨ ਰਿਕਵਰ ਹੋਏ, ਇੱਕ 30 bore ਦਾ ਹੈ, ਇੱਕ ਰਿਵੋਲਵਰ ਹੈ ਜਰਮਨੀ ਮੇਡ ਹੈ, ਅਤੇ ਜਿਹੜਾ ਸਟਾਰ ਪਿਸਟਲ ਉਹ ਚਾਈਨਾ ਮੇਡ ਹੈ, ਅਤੇ ਵੈਪਨ ਵੀ ਰਿਕਵਰ ਹੋਏ। ਇੱਕ ਬੰਦੇ ਨੂੰ ਗੋਲੀ ਲੱਗੀ ਅਤੇ ਇਹਨਾਂ ਨੂੰ ਸਿਵਲ ਹਸਪਤਾਲ ਭੇਜਤਾ ਹੈ। ਸਰ ਵਾਈਕਲ ਕਰ ਦੋ ਕਿ ਸਵੇਰੇ ਕਿੱਦਾਂ ਪੁਲਿਸ ਨੂੰ ਪਤਾ ਲੱਗਦਾ ਹੈ? ਨਹੀਂ ਸਵੇਰੇ ਨਹੀਂ, ਬੰਦੇ ਗ੍ਰਿਫਤਾਰ ਕਰਨਾ ਅਰੈਸਟਡ ਸੀ। ਅੱਛਾ, ਇਹ ਹਥਿਆਰ ਤੁਸੀਂ ਲੈਣ ਆਏ ਸੀ? ਜੀ ਜੀ ਜੀ, ਅਤੇ ਹਥਿਆਰ ਇਹਨਾਂ ਨੇ ਇਸ ਤਰ੍ਹਾਂ ਦੇ ਛੁਪਾਏ ਹੋਏ ਸੀਗੇ, ਇਹਨਾਂ ਨੇ ਇਮੀਡੀਏਟਲੀ ਪੁਲਿਸ ਪਾਰਟੀ 'ਤੇ ਫਾਇਰ ਕਰਤਾ। ਸਰ ਕਿੰਨੇ ਫਾਇਰ ਕੀਤੇ? ਵੈਪਨ ਲੋਡਡ ਸੀਗੇ, ਕੁਝ 4 ਫਾਇਰ ਕੀਤੇ ਇਹਨਾਂ ਨੇ। ਕਿਸੇ ਪੁਲਿਸ ਮੁਲਾਜ਼ਮ ਤੇ ਆਇਆ ਇੱਥੇ? ਨਹੀਂ ਨਹੀਂ ਲੱਗੀ। ਇਹ ਮੁੰਡੇ ਦੇ ਕਿੱਥੇ ਲੱਗੀ ਸੀ? ਇਹਨਾਂ ਦੇ ਇੱਕ ਦੀ ਲੱਤ 'ਤੇ ਗੋਲੀ ਲੱਗੀ, ਇੱਕ ਗੁੱਟ ਲੱਤ 'ਤੇ, ਨਹੀਂ ਤਾਂ ਦੂਸਰੇ। ਕਿਹੜੇ ਕੇਸ 'ਚ ਇਹਨਾਂ ਨੂੰ ਅਰੈਸਟ ਕੀਤਾ ਸੀ ਰੀਸੈਂਟ? ਦੋ ਕੇਸਿਸ ਸੀਗੇ ਰੀਸੈਂਟ। ਓਕੇ ਜੀ, ਅਤੇ ਇਹਨਾਂ ਦੇ ਜਿਹੜੇ 16 ਪਰਚੇ ਦਰਜ ਹੈ ਉਹ 6 ਅਲੱਗ ਅਲੱਗ ਡਿਸਟ੍ਰਿਕਟ 'ਚ
ਪਿਛਲੇ 5-6 ਸਾਲ ਦੇ ਪਰਚੇ ਦਰਜ ਹੈ। ਆਪਣੇ ਕੋਲ ਇਹਨਾਂ ਜਲੰਧਰ 'ਚ ਕੋਈ ਕ੍ਰਾਈਮ ਕੀਤਾ ਸੀ ਜਾਂ ਨਹੀਂ? ਨਹੀਂ ਨਹੀਂ, ਜਲੰਧਰ 'ਚ ਕ੍ਰਾਈਮ ਨਹੀਂ ਕੀਤਾ। ਨਾਕਾਬੰਦੀ ਦੌਰਾਨ? ਨਹੀਂ, ਜਲੰਧਰ 'ਚ ਕ੍ਰਾਈਮ ਨਹੀਂ ਕੀਤਾ। ਉਦੋਂ ਹੀ ਫੜਿਆ ਮਤਲਬ ਨਾਕਾਬੰਦੀ ਦੌਰਾਨ? ਜੀ ਜੀ। ਠੀਕ। ਸੋ ਖੁਸ਼ੀ ਦੀ ਖਬਰ ਦੱਸੀ ਜਾ ਰਹੀ ਹੈ ਕਿ ਇਸ ਘਟਨਾ ਦੇ ਵਿੱਚ ਕੋਈ ਪੁਲਿਸ ਕਰਮੀ ਤਾਂ ਜ਼ਖਮੀ ਨਹੀਂ ਹੋਇਆ, ਪਰ ਇੱਕ ਬਦਮਾਸ਼ ਦੀ ਲੱਤ ਦੇ ਉੱਤੇ ਗੋਲੀ ਜ਼ਰੂਰ ਲੱਗੀ ਹੈ ਅਤੇ ਫਿਲਹਾਲ ਇਲਾਜ ਵਾਸਤੇ ਉਹਨਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਅਤੇ ਬਾਕੀ ਦੀ ਜਿਹੜੀ ਕਾਰਵਾਈ ਹੈ ਉਹ ਵੀ ਪੁਲਿਸ ਦੇ ਵੱਲੋਂ ਜ਼ਰੂਰ ਕੀਤੀ ਜਾ ਰਹੀ ਹੈ। ਸੋ ਇੱਕ ਹੋਰ ਸ਼ਲਾਘਾਯੋਗ ਕੰਮ ਜਲੰਧਰ ਸਿਟੀ ਦੀ ਪੁਲਿਸ ਨੇ, ਜਲੰਧਰ ਛਾਉਣੀ ਦੀ ਪੁਲਿਸ ਨੇ ਜੋ ਕੀਤਾ ਹੈ ਕਿ ਲਗਾਤਾਰ ਗੈਂਗਸਟਰਾਂ ਦੇ ਵਿਰੁੱਧ ਵੱਡੀਆਂ ਕਾਰਵਾਈਆਂ ਹੋ ਰਹੀਆਂ ਨੇ। ਜ਼ਿਆਦਾ ਜਾਣਕਾਰੀ ਲਈ ਬਣੇ ਰਹੋ ਸਾਡੇ ਨਾਲ D5 ਚੈਨਲ ਪੰਜਾਬੀ 'ਤੇ। ਮੈਨੂੰ ਦੀ ਇਜਾਜ਼ਤ, ਧੰਨਵਾਦ। ਨਿਡਰ ਹਾਂ, ਨਿਰਪੱਖ ਰਹਾਂਗੇ, ਆਜ਼ਾਦ ਹਾਂ, ਸੱਚ ਕਹਾਂਗੇ। ਗੱਲ ਕਰਾਂਗੇ ਸਿਆਸੀ ਹਵਾ ਦੀ, ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ। ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ। ਹਰ ਮਸਲੇ 'ਤੇ ਰਹੇਗੀ ਤਿੱਖੀ ਨਜ਼ਰ, ਦੱਸਾਂਗੇ ਕੌਣ ਕਰ ਰਿਹਾ ਹੈ, ਕਿਹਦੇ 'ਤੇ ਜ਼ਬਰ। ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ। ਕੈਨੇਡਾ, ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ। ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ, ਹਰ ਮੁੱਦੇ 'ਤੇ ਹੋਣਗੇ ਰੋਜ਼ ਚਰਚੇ। ਖੋਲਾਂਗੇ ਅੰਦਰੂਨੀ ਰਾਜ਼, ਬਣਾਂਗੇ ਬੁਲੰਦ ਆਵਾਜ਼। ਖੇਡ, ਸਿੱਖਿਆ, ਖੇਤੀ ਦੀ ਬਾਤ ਪਾਵਾਂਗੇ, ਹਰ ਪਿੰਡ ਹਰ ਸ਼ਹਿਰ ਜਾਵਾਂਗੇ। ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਾਰਾਂਗੇ ਝਾਤ। ਅਬ ਧਰਮ, ਧਰੋਹਰ, ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ। ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ। ਕੀ ਨੇ ਸਾਡੇ ਕਾਨੂੰਨ, ਫਰਜ਼ ਤੇ ਅਧਿਕਾਰ, ਕੀ ਕਰਦੀ ਹੈ ਸਾਡੀ ਸਰਕਾਰ, ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ। D5 ਚੈਨਲ ਪੰਜਾਬੀ ਦੀ ਕਚਹਿਰੀ 'ਚ ਹੋਵੇਗੀ ਸਿਰਫ ਲੋਕਾਂ ਦੀ ਗੱਲ।